ਮੈਨੂੰ ਲੱਗ ਰਿਹਾ ਕਿ ਹੁਣ ਸਾਡਾ ਫਿਲਮਾਂ ਜਿਹੜਾ ਉਹ ਸਿਨੇਮਾ ਪੰਜਾਬੀ ਸਿਨੇਮਾ ਜਿਹੜਾ ਉਹ ਕਾਫੀ ਗਰੋ ਕਰ ਰਿਹਾ। ਪਹਿਲਾਂ ਤਾਂ ਪੰਜਾਬੀ ਫਿਲਮ ਦਾ ਮਤਲਬ ਲੱਸੀ ਔਰ ਸਾਗ ਔਰ ਇਹੋ ਜਿਹੀਆਂ ਦੇ ਗੱਲਾਂ ਦੀ ਹੁੰਦੀ ਸੀਗੀ। ਉਸ ਤੋਂ ਵੀ ਪਹਿਲਾਂ ਜਿਹੜਾ ਦੌਰ ਸੀਗਾ ਉਹ ਸੀ ਕਿ ਜਿਹੜੇ ਸਾਡੇ ਮੇਕਰ ਆ ਔਰ ਰਾਈਟਰ ਹੈਗੇ ਉਹ ਪਾਕਿਸਤਾਨ ਤੋਂ ਆਏ ਸੀਗੇ ਔਰ ਸਿੱਧੇ ਬੰਬੇ ਚਲੇ ਗਏ। ਬੰਬੇ ਚਲ ਗਏ, ਪੰਜਾਬ ਨਾਲ ਟੁੱਟ ਗਏ। ਉਹਨਾਂ ਦੀ ਜਿਹੜੀ ਉਹ ਸੋਚ ਉੱਧਰੋਂ ਲੈ ਕੇ ਆਏ ਸੀ। ਉਸੇ ਤਰ੍ਹਾਂ ਦੀਆਂ ਕੁਛ ਕੁਛ ਫਿਲਮਾਂ ਬਣਦੀਆਂ ਬੜੀਆਂ ਘੱਟ ਸੀਗੀਆਂ, ਉਹ ਵੀ ਬਣਦੀਆਂ ਸੀਗੀਆਂ। ਔਰ ਅੱਜ ਕੱਲ੍ਹ ਅਸੀਂ ਟੋਟਲ ਪੰਜਾਬੀ ਸਿਨੇਮਾ ਜਿਹੜਾ ਵਾ ਉਹ ਪੰਜਾਬੀਅਤ ਨੂੰ ਵੀ ਕਾਇਮ ਰੱਖਦਿਆਂ ਹੋਇਆ ਉਹ ਨੈਸ਼ਨਲ ਕੀ ਇੰਟਰਨੈਸ਼ਨਲ ਕੀ ਉਹ ਸਿਨੇਮੇ ਦੇ ਵੱਲ ਨੂੰ ਅਸੀਂ ਜਾ ਰਹੇ ਹਾਂ। ਮੇਰੇ ਖਿਆਲ ਨਾਲ ਸ਼ੂਟ ਕਰਨ ਵਾਲਾ ਜਿਹੜਾ ਹੱਡੋ ਰੋੜੀ ਵਾਲਾ ਪੋਰਸ਼ਨ ਹੈ ਨਾ ਜਿੰਨਾ ਵੀ, ਕਿਉਂਕਿ ਉਹ ਫਿਲਮ ਦਾ ਇੱਕ ਅਲੱਗ ਤਰ੍ਹਾਂ ਦਾ ਹਿੱਸਾ ਥੋੜ੍ਹੇ ਗ੍ਰੀ ਸ਼ੀਟਸ ਵਾਲਾ ਆ ਜਾਂਦਾ, ਉਹ ਜ਼ਿਆਦਾ ਮੁਸ਼ਕਿਲ ਹਿੱਸਾ ਸੀਗਾ। ਮੇਰੇ ਖਿਆਲ ਨਾਲ ਉਹ ਫਿਲਮ ਦੀ ਹਾਈਲਾਈਟ ਹੋਏਗਾ ਉਹ ਪੂਰਾ ਪੋਰਸ਼ਨ। ਔਰ ਇਹ ਡੈਫੀਨੇਟਲੀ ਮੈਨੂੰ ਲੱਗਦਾ ਕਿ ਆਡੀਅੰਸ ਜਿਹੜੀ ਹੈ ਇਸ ਚੀਜ਼ ਨੂੰ ਪਸੰਦ ਕਰੇਗੀ, ਕਿਉਂਕਿ ਹੁਣ ਸਿਰਫ ਓ ਟੀ ਟੀ ਔਰ ਨੈੱਟ ਔਰ ਯੂਟਿਊਬ ਕਰਕੇ ਜਿਹੜੇ ਵੀ ਕੁਛ ਚੀਜ਼ਾਂ ਕੰਟੈਂਟ ਵੇਖਣ ਦੇ ਸ਼ੌਕੀਨ ਹਨ ਉਹ ਸਾਰਾ ਕੁਛ ਦੇਖਦੇ ਆ। ਉਹਦੇ ਵਿੱਚੋਂ ਸਿਰਫ ਹੀ ਹੁਣ ਕਿ ਪੰਜਾਬ ਪੰਜਾਬੀ ਪੰਜਾਬੀਅਤ ਹੀ ਨਹੀਂ ਬਲਕਿ ਸਿਨੇਮਾ ਐਜ਼ ਏ ਮੀਡੀਅਮ ਟੋਟੈਲਿਟੀ ਦੇ ਵਿੱਚ ਉਹਨੂੰ ਦੇਖ ਕੇ ਅੱਗੇ ਵੱਧ ਰਹੇ ਹੋ। ਫਿਲਮਾਂ ਦੇ ਵਿੱਚ ਕੰਮ ਕਰਨਾ ਇੱਕ ਲੰਬਾ ਦੌਰ ਤੁਸੀਂ ਸਿਨੇਮਾ ਦਾ ਵੇਖਿਆ, ਇਹ ਬਦਲਾਵ ਜਿਹੜਾ ਆਇਆ ਓ ਟੀ ਟੀ ਤੇ ਵੀ ਕੰਟੈਂਟ ਆਉਂਦਾ ਤੇ ਹੁਣ ਸਾਨੂੰ ਡਿਫਰੈਂਟ ਤਰੀਕੇ ਦੀਆਂ ਫਿਲਮਾਂ ਵੀ ਵੇਖਣ ਨੂੰ ਮਿਲ ਰਹੀਆਂ ਨੇ ਜਿਵੇਂ ਕਿ ਚੇਤਾ ਸਿੰਘ ਹੈ। ਸੋ ਇਸ ਬਦਲਾਵ ਨੂੰ ਕਿਸ ਤਰੀਕੇ ਦੇਖਦੇ ਹੋ ਔਰ ਸਪੈਸ਼ਲੀ ਜਿਹੜੇ ਜੋਨਰ ਦੀ ਫਿਲਮ ਚੇਤਾ ਸਿੰਘ ਹੈ, ਸਸਪੈਂਸ ਥ੍ਰਿਲਰ ਹੈ, ਇੱਕ ਵੱਖਰਾ ਜੋਨਰ ਹੈ, ਇਸ ਜੋਨਰ ਦੀਆਂ ਪੰਜਾਬੀ ਸਿਨੇਮਾ ਨੂੰ ਫਿਲਮਾਂ ਦੀ ਕਿੰਨੀ ਲੋੜ ਹੈ? ਮੈਨੂੰ ਲੱਗ ਰਿਹਾ ਕਿ ਹੁਣ ਸਾਡਾ ਫਿਲਮਾਂ ਜਿਹੜਾ ਉਹ ਸਿਨੇਮਾ ਪੰਜਾਬੀ ਸਿਨੇਮਾ ਜਿਹੜਾ ਉਹ ਕਾਫੀ ਗਰੋ ਕਰ ਰਿਹਾ। ਪਹਿਲਾਂ ਤਾਂ ਪੰਜਾਬੀ ਫਿਲਮ ਦਾ ਮਤਲਬ ਲੱਸੀ ਔਰ ਸਾਗ ਔਰ ਇਹੋ ਜਿਹੀਆਂ ਦੇ ਗੱਲਾਂ ਦੀ ਹੁੰਦੀ ਸੀਗੀ। ਉਸ ਤੋਂ ਵੀ ਪਹਿਲਾਂ ਜਿਹੜਾ ਦੌਰ ਸੀਗਾ ਉਹ ਸੀ ਕਿ ਜਿਹੜੇ ਸਾਡੇ ਮੇਕਰ ਆ ਔਰ ਰਾਈਟਰ ਹੈਗੇ ਉਹ ਪਾਕਿਸਤਾਨ ਤੋਂ ਆਏ ਸੀਗੇ ਔਰ ਸਿੱਧੇ ਬੰਬੇ ਚਲੇ ਗਏ। ਬੰਬੇ ਚਲ ਗਏ, ਪੰਜਾਬ ਨਾਲ ਟੁੱਟ ਗਏ। ਉਹਨਾਂ ਦੀ ਜਿਹੜੀ ਉਹ ਸੋਚ ਉੱਧਰੋਂ ਲੈ ਕੇ ਆਏ ਸੀ। ਉਸੇ ਤਰ੍ਹਾਂ ਦੀਆਂ ਕੁਛ ਕੁਛ ਫਿਲਮ ਬਣਦੀਆਂ ਬੜੀਆਂ ਘੱਟ ਸੀਗੀਆਂ, ਉਹ ਵੀ ਬਣਦੀਆਂ ਸੀਗੀਆਂ। ਫਿਰ ਅਗਲਾ ਦੌਰ ਇਹ ਆਇਆ ਕਿ ਜਿਹੜੀ ਫਿਲਮ ਹੈਗੀ ਉਹ ਪੰਜਾਬ ਦੇ ਵਿੱਚ ਬਾਹਰ ਪੰਜਾਬ ਦੇ ਮਾਡਰਨ ਜਿਹੜਾ ਮਾਹੌਲ ਆ ਉਹਨੂੰ ਲੈ ਕੇ ਸ਼ੁਰੂ ਹੋਈ। ਗੁੱਗਲ ਜੀ, ਯੋਗਰਾਜ ਜੀ, ਇਹਨਾਂ ਦੀਆਂ ਫਿਲਮਾਂ ਦਾ ਦੌਰ ਆਇਆ। ਇਹਦੇ ਵਿੱਚੋਂ ਕਈ ਵਾਰਾਂ ਬਹੁਤ ਹੀ ਬਿਲਕੁਲ ਸਟੰਪ ਹੋ ਗਿਆ। ਫਿਰ ਉਸ ਤੋਂ ਬਾਅਦ ਸਾਡੇ ਕੋਲ ਆਏ ਮਨਮੋਹਨ ਸਿੰਘ ਜੀ, ਉਹ ਇੱਕ ਨਵੀਂ ਸ਼ੁਰੂਆਤ ਉਹਨਾਂ ਨੇ ਕੀਤੀ। ਉਦੋਂ ਮੈਂ ਪੰਜਾਬ 'ਚ ਬੰਬੇ ਤੋਂ ਆ ਗਿਆ ਸੀਗਾ ਤਾਂ ਉਦੋਂ ਉਹ ਫਿਲਮਾਂ ਆਈਆਂ। ਲੇਕਿਨ ਪਤਾ ਨਹੀਂ ਮੈਨੂੰ ਮੈਂ ਉਹਨਾਂ ਨਾਲ ਮਨਮੋਹਨ ਜੀ ਨਾਲ ਦੁਸ਼ਮਣੀ ਫਿਲਮ ਐਜ਼ ਸਿਨੇਮਾਟੋਗ੍ਰਾਫਰ ਸੀ ਉਹਦੀ ਉਹ ਕੀਤੀ ਸੀ ਪਹਿਲਾਂ। ਉਹ ਵੀ ਨਾ ਇੱਕ ਤਰ੍ਹਾਂ ਦੀਆਂ ਫਿਲਮਾਂ ਦੇ ਵਿੱਚ ਥੋੜ੍ਹਾ ਜਿਹਾ ਮਤਲਬ ਬਾਹਰ ਵਾਲੀ ਇੱਧਰ ਵਾਲੀ ਇਸ ਤਰ੍ਹਾਂ ਦੀ ਕਹਾਣੀ 'ਚ ਬਹੁਤ ਜ਼ਿਆਦਾ ਐਕਸਪੈਰੀਮੈਂਟੇਸ਼ਨ ਉਹਨਾਂ ਨੇ ਨਹੀਂ ਕੀਤੀ, ਉਹਨਾਂ ਦੇ ਆਪਣਾ ਬੈਸਟ ਰੀਜ਼ਨ ਹੈਗੇ। ਫਿਰ 2010 ਤੋਂ ਬਾਅਦ ਫਿਰ ਨਵਾਂ ਦੌਰ ਸਹੀ ਸਹੀ ਸਿਰਫ ਪੰਜਾਬੀ ਸਿਨੇਮੇ ਦਾ ਸ਼ੁਰੂ ਹੋਇਆ। ਗੱਡੀਵਾਨ ਜੀ ਬਣ ਰਹੀਆਂ ਸੀ ਫਿਲਮਾਂ, ਲੇਕਿਨ ਸਹੀ ਮਾਇਨੇ 'ਚ 2010 ਤੋਂ ਬਾਅਦ ਇੱਕ ਨਵੀਂ ਹਵਾ ਆ ਗਈ। ਔਰ ਅੱਜ ਕੱਲ੍ਹ ਅਸੀਂ ਟੋਟਲ ਪੰਜਾਬੀ ਸਿਨੇਮਾ ਜਿਹੜਾ ਵਾ ਉਹ ਪੰਜਾਬੀਅਤ ਨੂੰ ਕਾਇਮ ਰੱਖਦਿਆਂ ਹੋਇਆ ਉਹ ਨੈਸ਼ਨਲ ਕੀ ਇੰਟਰਨੈਸ਼ਨਲ ਕੀ ਉਹ ਸਿਨੇਮੇ ਦੇ ਵੱਲ ਨੂੰ ਅਸੀਂ ਜਾ ਰਹੇ ਹਾਂ। ਅੱਛਾ, ਚੇਤਾ ਸਿੰਘ ਦੀ ਜਿਹੜੀ ਕਹਾਣੀ, ਜਿਵੇਂ ਕਹਿ ਰਹੇ ਕਿ ਆਰਟ ਡਾਇਰੈਕਟਰਸ ਨੂੰ ਬਹੁਤ ਮਿਹਨਤ ਕਰਨੀ ਪਈ, ਉਹ ਸੈੱਟ ਪੂਰੇ ਡਿਜ਼ਾਈਨ ਕਰਨੇ ਪਏ ਆਰਟੀਫਿਸ਼ੀਅਲੀ, ਤੇ ਤੁਹਾਡੇ ਅਕੋਰਡਿੰਗਲੀ ਜਦੋਂ ਤੁਸੀਂ ਸ਼ੂਟ ਕਰ ਰਹੇ ਸੀਗੇ, ਚਾਹੇ ਫਿਰ ਉਹ ਸੈੱਟ ਬਣਾਉਣ ਦੀ ਤਿਆਰੀ ਹੋਵੇ ਜਾਂ ਫਿਰ ਕਿਸੇ ਕੈਰੈਕਟਰ ਦੇ ਵਿੱਚ ਢਲਣ ਦੀ ਮਿਹਨਤ ਹੋਵੇ, ਤੁਹਾਡੇ ਅਕੋਰਡਿੰਗਲੀ ਤੁਹਾਨੂੰ ਕੀ ਲੱਗਦਾ ਕਿ ਸਭ ਤੋਂ ਡਿਫੀਕਲਟ ਪਾਰਟ ਫਿਲਮ ਦਾ ਕਿਹੜਾ ਰਿਹਾ? ਮੇਰੇ ਖਿਆਲ ਨਾਲ ਸ਼ੂਟ ਕਰਨ ਵਾਲਾ ਜਿਹੜਾ ਹੱਡੋ ਰੋੜੀ ਵਾਲਾ ਪੋਰਸ਼ਨ ਹੈ ਨਾ ਜਿੰਨਾ ਵੀ, ਕਿਉਂਕਿ ਉਹ ਫਿਲਮ ਦਾ ਇੱਕ ਅਲੱਗ ਤਰ੍ਹਾਂ ਦਾ ਹਿੱਸਾ ਥੋੜ੍ਹੇ ਗ੍ਰੀ ਸ਼ੀਟਸ ਵਾਲਾ ਆ ਜਾਂਦਾ, ਉਹ ਜ਼ਿਆਦਾ ਮੁਸ਼ਕਿਲ ਹਿੱਸਾ ਸੀਗਾ ਅਤੇ ਉਹ ਬਾਖੂਬੀ ਫਿਲਮਾਇਆ ਗਿਆ। ਔਰ ਮੇਰੇ ਖਿਆਲ ਨਾਲ ਉਹ ਫਿਲਮ ਦੀ ਹਾਈਲਾਈਟ ਹੋਏਗਾ ਉਹ ਪੂਰਾ ਪੋਰਸ਼ਨ ਹੈ। ਜੀ ਸਰ, ਕਿਵੇਂ ਦਾ ਓਵਰਆਲ ਐਕਸਪੀਰੀਅੰਸ ਰਿਹਾ ਤੇ ਫਿਲਮ ਦੀ ਟੀਮ ਬਾਰੇ ਕੀ? ਬਹੁਤ ਹੀ ਅੱਛਾ। ਮਤਲਬ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਕਿਸੇ ਮਿਸ਼ਨ ਨੂੰ ਲੈ ਕੇ ਸਾਰੇ ਜਣੇ ਇਕੱਠੇ ਹੋਏ ਆ, ਉਹ ਬਹੁਤ ਜ਼ਿਆਦਾ ਗੱਪਬਾਤੀ ਆ, ਇਸ ਤਰ੍ਹਾਂ ਦਾ ਕੁਛ ਨਹੀਂ। ਟੋਟਲ ਕੰਮ ਵਾਲਾ ਮਾਹੌਲ ਸੀਗਾ ਔਰ ਕਾਫੀ ਐਕਸਟੈਂਡਡ ਆਵਰਸ ਤੱਕ ਸ਼ੂਟਿੰਗ ਹੁੰਦੀ ਰਹੀ। ਇਹ ਥੋੜ੍ਹਾ ਜਿਹਾ ਫਾਇਦਾ ਵੀ ਹੋ ਜਾਂਦਾ ਆਊਟਡੋਰ ਦਾ ਕਰਨ ਦਾ। ਅੱਛਾ, ਚੇਤਾ ਸਿੰਘ ਦੀ ਸਭ ਤੋਂ ਖਾਸ ਗੱਲ ਜੋ ਮੈਂ ਦੇਖੀ ਹੈ, ਜਿਵੇਂ ਕਿਹਾ ਜਾ ਰਿਹਾ ਹੈ ਕਿ ਫੈਮਿਲੀ ਫਿਲਮ ਹੈ, ਪਰ ਕਿਤੇ ਨਾ ਕਿਤੇ ਸਮਾਜ ਦੇ ਮੁੱਦੇ ਨੂੰ ਵੀ ਚੱਕਦੀ ਹੈ, ਜਿਵੇਂ ਕਿ ਪਲਾਜ਼ਮਾ ਵਾਲਾ ਮੁੱਦਾ ਚੱਕਿਆ ਹੈ, ਉਹ ਕਿਤੇ ਨਾ ਕਿਤੇ ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਤੇ ਬਾਅਦ ਵਿੱਚ ਸਵਾਲ ਵੀ ਨਹੀਂ ਹੋਏ। ਕਿਹਾ ਜਾ ਰਿਹਾ ਹੈ ਕਿ ਅੱਜ ਸਟੋਰੀ 'ਚ ਕਾਫੀ ਮਤਲਬ ਇੱਕ ਰਿਸਰਚ ਵਾਲਾ ਕੰਮ ਹੈ ਤਾਂ ਕਿ ਹਰ ਚੀਜ਼ ਜਿਹੜੀ ਆ ਔਥੈਂਟਿਕ ਲੱਗੇ। ਇਹ ਕਾਫੀ ਇੱਕ ਅੱਛੀ ਗੱਲ ਹੈ ਔਰ ਥੋੜ੍ਹਾ
ਅਲੱਗ ਤਰ੍ਹਾਂ ਦੀਆਂ ਚੀਜ਼ਾਂ ਨੂੰ ਵੀ ਟੱਚ ਕੀਤਾ ਗਿਆ। ਹਾਂਜੀ, ਔਰ ਇਹ ਡੈਫੀਨੇਟਲੀ ਮੈਨੂੰ ਲੱਗਦਾ ਕਿ ਆਡੀਅੰਸ ਜਿਹੜੀ ਹੈ ਇਸ ਚੀਜ਼ ਨੂੰ ਪਸੰਦ ਕਰੇਗੀ, ਕਿਉਂਕਿ ਹੁਣ ਸਿਰਫ ਓ ਟੀ ਟੀ ਔਰ ਨੈੱਟ ਔਰ ਯੂਟਿਊਬ ਕਰਕੇ ਜਿਹੜੇ ਵੀ ਕੁਛ ਚੀਜ਼ਾਂ ਕੰਟੈਂਟ ਵੇਖਣ ਦੇ ਸ਼ੌਕੀਨ ਹਨ ਉਹ ਸਾਰਾ ਕੁਛ ਦੇਖਦੇ ਆ, ਉਹਦੇ ਵਿੱਚੋਂ ਸਿਰਫ ਹੀ ਹੁਣ ਕਿ ਪੰਜਾਬ ਪੰਜਾਬੀ ਪੰਜਾਬੀਅਤ ਹੀ ਨਹੀਂ ਬਲਕਿ ਸਿਨੇਮਾ ਐਜ਼ ਏ ਮੀਡੀਅਮ ਟੋਟੈਲਿਟੀ ਦੇ ਵਿੱਚ ਉਹਨੂੰ ਦੇਖ ਕੇ ਅੱਗੇ ਵੱਧ ਰਹੇ ਹੋ। ਥੈਂਕ ਯੂ ਸੋ ਮਚ। ਕੀ ਕਹੋਗੇ ਜਾਂਦੇ ਜਾਂਦੇ ਦਰਸ਼ਕਾਂ ਲਈ ਚੇਤਾ ਸਿੰਘ ਵਾਸਤੇ 1 ਸਪਟੰਬਰ ਨੂੰ ਆ ਰਹੀ ਹੈ ਸਿਨੇਮਾ ਕਰਾਂਚ? ਬਸ ਇਹੋ ਹੈ ਜੀ ਕਿ 1 ਸਪਟੰਬਰ ਨੂੰ ਤੁਹਾਡੇ ਨਜ਼ਦੀਕ ਦੇ ਸਿਨੇਮਾ ਘਰ 'ਚ ਚੇਤਾ ਸਿੰਘ ਆ ਰਹੀ ਹੈ, ਔਰ ਚੇਤੇ ਨਾਲ ਇਹ ਫਿਲਮ ਦੇਖਿਓ। ਇਹ ਫਿਲਮ ਤੁਹਾਨੂੰ ਬਹੁਤ ਚੰਗੀ ਲੱਗੇਗੀ। ਇਹ ਫੈਮਿਲੀ ਵੈਲਿਊ ਦੀ ਫਿਲਮ ਆ, ਇੱਕ ਭਰਾ ਦੇ ਆਪਣੇ ਭੈਣ ਪ੍ਰਤੀ ਸਨੇਹ ਦੀ ਫਿਲਮ ਆ, ਇੱਕ ਫੈਮਿਲੀ ਡਰਾਮਾ ਵੀ ਆ, ਉਹਦੇ ਨਾਲ ਨਾਲ ਜੋ ਸਾਡੇ 4 ਸਪੇਰੇ ਵਾਪਰ ਲਿਆ ਉਹਦੇ ਬਾਰੇ ਵੀ, ਉਹਦੇ ਰਿਪਰਕਸ਼ਨ ਜਿਹੜੇ ਕਿਸ ਤਰ੍ਹਾਂ ਆਉਂਦੇ ਆ ਉਹਦੇ ਬਾਰੇ ਵੀ ਆ, ਔਰ ਇੱਕ ਰਿਵੈਂਜ ਡਰਾਮਾ ਕਹਿ ਲਓ ਤੁਸੀਂ। ਤੁਹਾਨੂੰ ਹਰ ਜਿਸ ਐਂਗਲ ਨਾਲ ਵੀ ਤੁਸੀਂ ਇਹਨੂੰ ਵੇਖਣਾ ਚਾਹੋ ਜੀ ਨਾ, ਤੁਹਾਨੂੰ ਤਸੱਲੀ ਹੋਏਗੀ, ਤੁਹਾਨੂੰ ਅੱਛਾ ਲੱਗੇਗਾ। ਥੈਂਕ ਯੂ ਸੋ ਮਚ ਸਰ। ਮੋਸਟ ਵੈਲਕਮ।